ਪ੍ਰਧਾਨ ਸੀ ਪ੍ਰਧਾਨ ਦੀ ਪਤਨੀ ਤੇ ਇੱਕ ਹੋਰ ਐਮਸੀਨ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਆ ਗਈਆਂ ਲੋਕਾਂ 'ਚ ਇਹ ਚਰਚਾ ਕਿ ਐਮਐਲਏ ਸਾਹਿਬ ਨੇ ਡਰਾ ਧਮਕਾ ਕੇ ਸਾਰਿਆਂ ਨੂੰ ਆਪ ਦੇ ਵੱਲ ਕੀਤਾ ਵੱਖ-ਵੱਖਰੀਆਂ ਧਮਕੀਆਂ ਦੇ ਕੇ ਕੀ ਇਹ ਤੇ ਤਕੀਰ ਹੈ ਕੋਈ ਵੀ ਕੁਝ ਵੀ ਲਿਖੀ ਜਾਂਦਾ ਰਹਿੰਦਾ ਸਾਡੇ ਉਲਟ ਵੀ ਲਿਖੀ ਜਾਂਦਾ ਡਰਦੇ ਤਾਂ ਉਹ ਨਹੀਂਗੇ ਇਹ ਤਾਂ ਐਮਸੀ ਆ ਸਾਡੇ ਤੋਂ ਕਿਹਨੇ ਡਰਨਾ ਨਾ ਤੁਹਾਡੀਆਂ ਰੀਲਾਂ ਦੀ ਬਹੁਤ ਚਰਚਾ ਮਤਲਬ ਤੁਸੀਂ ਨਗਰ ਕੌਂਸਲ ਚੋਂ ਨਿਕਲਦੇ ਆ ਅਰਜਨ ਵੈਲੀ ਨੇ ਦਕਣ ਗੜਾ ਸੀ ਮਾਰੀ ਇੱਕ ਤੁਹਾਡਾ ਅਸੀਂ ਰੱਬ ਨੇ ਡਿਊਟੀ ਲਈ ਆ ਧੌਣਾ ਚੋ ਕਿल्ले ਕੱਢਣ ਦੀ ਇੱਕ ਐਲਾਨ ਹੈ ਮੇਰਾ ਵੈਰੀਆਂ ਨੂੰ ਜੇ ਮੈਂ ਜਾਉਂਦਾ ਰਿਹਾ ਮੈਂ ਤੁਹਾਨੂੰ ਛੱਡਦਾ ਨਹੀਂ ਜੇ ਇਹ ਗਾਣੇ ਬੜੇ ਤੁਸੀਂ ਚਰਚਾ ਮੇਰਾ ਨਾ ਜਿਹੜਾ ਪੇਜ ਆ ਉਹ ਟੀਮ ਚਲਾਉਂਦੀ ਆ ਜਿਵੇਂ ਪਸੰਦ ਆਉਂਦਾ ਲੋਕਾਂ ਨੂੰ ਓਵੇਂ ਉਹ ਹੋ ਜਾ ਉਹ ਕਰ ਦਿੰਦੇ ਚੰਗਾ ਲੱਗਦਾ ਇਹਦੇ ਵਿੱਚ ਕੀ ਗੱਲ ਹੈ ਇਹਨਾਂ ਵੈਲੀ ਜਾਂ ਮੋਲਕ ਵੈਲੀ ਅਮੋਲਕ ਵੈਲੀ ਤਾਂ ਪਿਛਲੇ ਦਿਨੀ ਕਰੈਕਟ ਮੈਚ ਤੁਸੀਂ ਦਿਖਾਇਆ ਲੋਕਾਂ ਨੂੰ ਵੱਡੀ ਸਕਰੀਨ ਤੇ ਤੁਸੀਂ ਆਰਾਮ ਲਗਾਉਣ ਤੇ ਲੋਕ ਇੱਕ ਸੋਸ਼ਲ ਮੀਡੀਆ ਤੇ ਵੀ ਸਵਾਲ ਕਰ ਰਹੇ ਸੀ ਕਿ ਇਸੇ ਤਰੀਕੇ ਨਾਲ ਜੈਤੋ ਸ਼ਹਿਰ ਦੇ ਵਿੱਚ ਜਿਹੜੇ ਕੂੜੇ ਦੇ ਡੰਪ ਹੈ ਕੂੜੇ ਦੇ ਢੇਰ ਹੈ ਜੈਤੋ ਸ਼ਹਿਰ ਦਾੜਾ ਵਿਕਾਸ ਨਹੀਂ ਹੋ ਰਿਹਾ ਉਹ ਵੀ ਕਿਸੇ ਦਿਨ ਐਮਐਲਏ ਸਾਹਿਬ ਸਕਰੀਨ ਤੇ ਦਿਖਾਓ ਵੇਖੋ ਮੈਂ ਕੁਝ ਗੱਲਾਂ ਤਾਂ ਨਹੀਂ ਕਰਦਾ ਹੁੰਦਾ ਫਿਰ ਜਿਹੜੀ ਕਹਿ ਦਈਓ ਬਾਅਦ ਚ ਆਇਓ ਹੁੰਦਾ ਕਦੋਂ ਹੋਊਗੀ ਉਹ ਆ ਬਿਠੰਡਾ ਰੋਡ ਵਾਲੀ ਸੜਕ ਦਾ ਉਹ 1 ਕਿਲੋਮੀਟਰ ਦਾ ਟੋਟਾ ਬਣ ਗਿਆ ਠੇਕੇਦਾਰ ਕੰਮ ਬਜਾਲੇ ਛੱਡ ਗਿਆ ਕਹਿੰਦੇ ਸਰਕਾਰ ਪੈਸੇ ਨਹੀਂ ਪਾ ਰਹੀ ਉਹ ਵਿੱਚੇ ਹੀ ਛੱਡ ਤੇ ਉਹ ਕੰਮ ਚੱਲ ਨਹੀਂ ਰਿਹਾ ਹੁਣ ਸਿਆਲ ਆ ਕੇ ਕੀ ਲੱਗਦਾ ਵੀ ਲੋਕ ਫਿਰ ਇਸੇ ਇਸੇ ਤਰੀਕੇ ਨਾਲ ਹੀ ਲੋਕਾਂ ਦਾ ਨਹੀਂ ਨਹੀਂ ਆਏ ਨਹੀਂ ਸੀਗਾ ਕੇਰਾਂ ਜਿਹੜੇ ਟੋਏ ਆ ਜਾਂ ਕਿਤੇ ਪੈਚ ਵਰਕ ਕੇਰਾਂ ਕਰ ਦਿੰਦੇ ਆ ਵੀ ਟੋਲ ਪਲਾਜ਼ੇ ਵਾਲੇ ਜਿਹੜੇ ਉਹ ਪੈਸੇ ਦਿੰਦੇ ਆਗੇ ਮੌਜੂਦਾ ਲੀਡਰਾਂ ਨੂੰ ਤੇ ਇਹ ਤਾਂ ਕਰਕੇ ਸੜਕਾਂ ਨਹੀਂ ਫਿਰ ਕਿਹੜਾ ਲੋਕ ਨੇ ਆਏ ਕਹਿਣ ਲੱਗ ਜਣਾ ਵੀ ਟੋਲ ਪਲਾਜ਼ੇ ਵਾਲੇ ਬੰਦ ਕਰ ਤੇ ਮੈਨੂੰ ਪੈਸੇ ਦੇ ਨੇ ਅਭੇਲਾਂ ਇਹ ਹੈ ਵੀ ਚਲੋ ਉਹਨਾਂ ਨੇ ਕੰਮ ਨਹੀਂ ਕੀਤੇ ਅਗਲੀ ਨਾਲ ਅਗਰ ਕਾਉਂਸਲ ਦੇ ਲੋਕ ਕਿਵੇਂ ਭਰੋਸਾ ਕਰਨ ਵੀ ਉਹ ਵੀ ਕੰਮ ਪਿਛਲੇ ਦਿਨੀ ਜੈਤੋ ਦੇ ਨਗਰ ਕੌਂਸਲ ਦੇ ਵਿੱਚ ਇੱਕ ਮਤਾ ਪਾਸ ਹੋਇਆ ਮਤਾ ਪਾਸ ਹੋਇਆ ਹੈ ਬੇਪਰੋਸਕੀ ਮਤਾ ਮਤਾ ਉਹਦੇ ਤਹਿਤ ਜਿਹੜੇ ਕਾਂਗਰਸ ਦੇ ਪ੍ਰਧਾਨ ਸਨ ਨਗਰ ਕੌਂਸਲ ਦੇ ਸਰਜੀਤ ਬਾਬਾ ਉਹਨਾਂ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਇਹ ਮਤੇ ਦੇ ਵਿੱਚ ਜਦੋਂ ਉੱਥੇ ਮਤਾ ਪਾਸ ਹੋਇਆ ਤਾਂ ਐਮਐਲਏ ਮੋਲਕ ਸਿੰਘ ਵੀ ਹਾਜ਼ਰ ਸਨ ਗੱਲਬਾਤ ਕਰਦੇ ਆਂ ਕੋਈ ਸਵਾਲ ਹੈ ਇਹਨਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਕੋਈ ਸਵਾਲ ਹੈ ਲੋਕਾਂ ਦੇ ਉਹ ਇਹਨਾਂ ਦੇ ਇਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੇ ਇਹ ਤੇ ਕੀ ਪ੍ਰਤੀਕਿਰਿਆ ਸਭ ਤੋਂ ਪਹਿਲਾਂ ਸਵਾਗਤ ਕਰ ਲਈ ਐਮਐਲਏ ਸਾਹਿਬ ਸੱਸੀ ਜੀ ਧੰਨਵਾਦ ਜੀ ਐਮਐਲਏ ਸਾਹਿਬ ਸਭ ਤੋਂ ਪਹਿਲਾ ਸਵਾਲ ਬੇਪਰੋਸਗੀ ਮਤਾ ਪਾਸ ਹੋਇਆ ਐਮਸੀ ਲਗਭਗ ਤਿੰਨਾਂ ਨੂੰ ਛੱਡ ਕੇ ਯਾਨੀ ਕਿ ਜਿਹੜੇ ਵਾ ਪ੍ਰਧਾਨ ਸੀ ਪ੍ਰਧਾਨ ਦੀ ਪਤਨੀ ਤੇ ਇੱਕ ਹੋਰ ਐਮਸੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਆ ਗਈਆਂ ਲੋਕਾਂ ਚ ਇਹ ਚਰਚਾ ਹੈ ਕਿ ਐਮਐਲਏ ਸਾਹਿਬ ਨੇ ਡਰਾ ਧਮਕਾ ਕੇ ਸਾਰਿਆਂ ਨੂੰ ਆਪ ਦੇ ਵੱਲ ਕੀਤਾ ਵੱਖ-ਵੱਖਰੀਆਂ ਧਮਕੀਆਂ ਦੇ ਕੇ ਕੀ ਇਹ ਤੇ ਕੀ ਰਹੇ ਮੈਂ ਵੈਸੇ ਹੀ ਤੁਹਾਨੂੰ ਇੱਕ ਗੱਲ ਦੱਸਦਾ ਅੱਜ ਕੱਲ ਫੇਸਬੁੱਕ ਤੇ ਕੋਈ ਵੀ ਕੁਝ ਵੀ ਲਿਖੀ ਜਾਂਦਾ ਰਹਿੰਦਾ ਸਾਡੇ ਉਲਟ ਵੀ ਲਿਖੀ ਜਾਂਦਾ ਡਰਦੇ ਤਾਂ ਉਹ ਨਹੀਂਗੇ ਇਹ ਤਾਂ ਐਮਸੀ ਆ ਸਾਡੇ ਤੋਂ ਕੀ ਡਰਨਾ ਸੋ ਇਹਨਾਂ ਦਾ ਆਪਦਾ ਹੀ ਫੈਸਲਾ ਸੀਗਾ ਪ੍ਰਧਾਨ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਸਾਰੇ ਜਣਿਆਂ ਨੂੰ ਇਹ ਸੀਗਾ ਵੀ ਪ੍ਰਧਾਨ ਜੀ ਕੋਈ ਕੰਮ ਨਹੀਂ ਕਰ ਪਾਉਂਦੇਗੇ ਸੋ ਉਸ ਵੇਲੇ ਤੋਂ ਉਹਨਾਂ ਨੇ ਮਤਾ ਲਿਆਂਦਾ ਸੀ ਉਹ ਪਾਸ ਕਰਤਾ ਤੋਂ ਸਾਰਿਆਂ ਨੇ ਸਹਿਮਤੀ ਦੇਤੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਧੱਕਾ ਨਹੀਂ ਕੀਤਾ ਨਹੀਂ ਧੱਕਾ ਕਾਹਦੇ ਹੱਸਤੇ ਕਰਨਾ ਧੱਕਾ ਧੱਕੇ ਨੂੰ ਮਤਲਬ ਕੀ ਉਹਨਾਂ ਨੇ ਕਿਸੇ ਦੀ ਬਾਹ ਫੜ ਕੇ ਥੋੜੀ ਅਸੀਂ ਲਿਆਂਦਾਗਾ ਮਤਾ ਉਹਨਾਂ ਨੇ ਆਪ ਲਿਆਂਦਾ ਤੇ ਮੈਂ ਵੀ ਉਸ ਵਿੱਚ ਉਸ ਦਿਨ ਮੀਟਿੰਗ ਦਾ ਹਿੱਸਾ ਬਣ ਗਿਆ ਬਸ ਇੰਨਾ ਹੀ ਸੀਗਾ ਹਾਂਜੀ ਇੱਕ ਗੱਲ ਇਹ ਹੈ ਵੀ ਮਤਲਬ ਕੀ ਜਿਹੜਾ ਹੁਣ ਅਗਲੀ ਨਗਰ ਕਾਉਂਸਲ ਬਣੂਗੀ ਇਹ ਇਹ ਗੱਲ ਦੇ ਤਾਂ ਗੱਲ ਆ ਕਿ ਤੁਹਾਡੀ ਸਹਿਮਤੀ ਨਾਲ ਹੀ ਬਣਨੀ ਹੈ ਸਰਕਾਰ ਹੈ ਸਰਕਾਰ ਦੀ ਸਹਿਮਤੀ ਨਾਲ ਉਹ ਕੰਮ ਕਰੂਗੀ ਪਹਿਲਾਂ ਇਹ ਹੈ ਵੀ ਚਲੋ ਉਹਨਾਂ ਨੇ ਕੰਮ ਨਹੀਂ ਕੀਤੇ ਅਗਲੀ ਨਾ ਅਗਰ ਕਾਉਂਸਲ ਦੇ ਲੋਕ ਕਿਵੇਂ ਭਰੋਸਾ ਕਰਨ ਵੀ ਉਹ ਵੀ ਕੰਮ ਕਰੂਗੀ ਦੇਖੋ ਭਰੋਸਾ ਕਰਨ ਤੋਂ ਬਿਨਾ ਕੋਈ ਹੋਰ ਆਪਸ਼ਨ ਵੀ ਹੈ ਨਹੀਂਗਾ ਦੂਜੀ ਗੱਲ ਇਹ ਹੈ ਵੀ ਸਾਡੀ ਕੋਸ਼ਿਸ਼ ਇਹ ਹੈ ਵੀ ਪਹਿਲਾਂ ਨਾ ਮੈਨੂੰ ਡੇਢ ਸਾਲ ਤਾਂ ਮੈਨੂੰ ਹੋ ਗਿਆ ਵੇਂਦਿਆਂ ਨੂੰ ਪਤਾ ਨਹੀਂ ਕਿੰਨੇ ਮਤੇ ਪਾ ਕੇ ਉਵੇਂ ਹੀ ਰੱਖੇ ਹੋਏ ਆ ਪ੍ਰਧਾਨ ਜੀ ਦਾ ਜਿਹੜਾ ਜੀ ਕਰਦਾ ਸੀ ਉਹ ਤਾਂ ਕੰਮ ਕਰ ਲੈਂਦੇ ਸੀ ਕਈ ਬਿਨਾ ਮਤਿਆਂ ਤੋਂ ਹੀ ਕੰਮ ਕਰ ਦਿੰਦੇ ਸੀ। ਹੂੰ। ਦੂਜੇ ਜਿਹੜੇ ਮਤੇ ਸੀ ਉਵੇਂ ਹੀ ਪਏ ਆ। ਹੂੰ। ਜਿਹੜੇ ਅਸੀਂ ਸ਼ਿਰੂ ਚ ਪਹਿਲੇ ਦਿਨ ਜਦੋਂ ਮੈਂ ਮੀਟਿੰਗ ਲਈ ਸੀ ਨਗਰ ਕਾਉਂਸਲ ਦੀ ਮੈਂ ਕੁਝ ਚੀਜ਼ਾਂ ਕਹੀਆਂ ਸੀ ਆਹ ਜ਼ਰੂਰ ਕਰਨੀਆਂ। ਹੂੰ। ਉਵੇਂ ਦੀਆਂ ਉਵੇਂ ਹੀ ਪਈਆਂ ਸੀ ਉਹ। ਸੋ ਸਾਡੀ ਕੋਸ਼ਿਸ਼ ਇਹ ਆ ਪਹਿਲਾਂ ਤਾਂ ਉਹ ਮਤੇ ਜਿਹੜੇ ਜ਼ਰੂਰੀ ਕੰਮ ਆ। ਉਹ ਜਦੋਂ ਵੀ ਐਡਮਿਨਿਸਟਰेटर ਮੈਨੂੰ ਲੱਗਦਾ ਲੱਗ ਜੂਗਾ ਥੋੜੇ ਦਿਨਾਂ 'ਚ ਪਹਿਲੀ ਮੀਟਿੰਗ ਰੱਖ ਕੇ ਉਹ ਮਤੇ ਪਾਸ ਕਰਕੇ ਉਹਨਾਂ ਦਾ ਟੈਂਡਰ ਕਰਾ ਕੇ ਕੰਮ ਸ਼ੁਰੂ ਕਰਾਈਏ ਛੇਤੀ ਤੋਂ ਛੇਤੀ ਨਹੀਂ ਤਾਂ ਆਹੀਂ ਲੰਮੇ ਸਮੇਂ ਤੋਂ ਲਟਕਦਾ ਹੁੰਦਾ ਮਤੇ ਪਾ ਕੇ ਰੱਖੀ ਜਾਂਦੇ ਆ ਟੈਂਡਰ ਕਿਸੇ ਚੀਜ਼ ਦਾ ਲੱਗਦਾ ਨਹੀਂ ਗੱਲਾਂ 'ਚ ਮੀਟਿੰਗ ਹੋ ਜਾਂਦੀਆਂ ਗੱਲਾਂ 'ਚ ਮਤਾ ਪਾਸ ਹੋ ਜਾਂਦਾ ਬਸ ਆਹੀਂ ਚੱਲਿਆ ਇੱਕ ਜਿਹੜੇ ਮੇਨ ਜਿਹੜਾ ਮੁੱਦਾ ਜਿਹੜਾ ਯਾਨੀ ਕਿ ਜੈਤੂ ਦੀ ਹਰ ਗੱਲ ਦੀ ਚਰਚਾ ਤੁਸੀਂ ਵੀ ਉਹ ਮੁੱਦੇ ਨੂੰ ਲੈ ਕੇ ਕਾਫੀ ਵਾਰੀ ਲੋਕਾਂ ਦੇ ਵਿੱਚ ਵੀ ਗਏ ਹੋ ਲੋਕਾਂ ਨੂੰ ਜਵਾਬ ਦਿੱਤਾ ਉਹ ਹੈ ਬਠਿੰਡਾ ਰੋਡ ਵਾਲੀ ਸੜਕ ਦਾ ਉਹ 1 ਕਿਲੋਮੀਟਰ ਦਾ ਟੋਟਾ ਬਣ ਗਿਆ ਠੇਕੇਦਾਰ ਕੰਮਚਾਲੇ ਛੱਡ ਗਿਆ ਕਹਿੰਦੇ ਸਰਕਾਰ ਪੈਸੇ ਨਹੀਂ ਪਾ ਰਹੀ ਉਹ ਵਿੱਚੇ ਹੀ ਛੱਡ ਗਿਆ ਤੇ ਉਹ ਕੰਮ ਚੱਲ ਨਹੀਂ ਰਿਹਾ ਹੁਣ ਸਿਆਲ ਆ ਗਏ ਕੀ ਲੱਗਦਾ ਵੀ ਲੋਕ ਫਿਰ ਇਸੇ ਇਸੇ ਤਰੀਕੇ ਨਾਲ ਹੀ ਲੋਕਾਂ ਦਾ ਰਹੂਗਾ ਸਸ ਨਹੀਂ ਨਹੀਂ ਆਏ ਨਹੀਂ ਸੀਗਾ ਉਦੋਂ ਕਰਮਚਾਰੀਆਂ ਦੀ ਹੜਤਾਲ ਵੀ ਸੀ ਥੋੜਾ ਚਿਰ ਪਰ ਉਹ ਪੈਸੇ ਤਾਂ ਚਲੋ ਉਹਦੇ ਕੋਲੇ ਆ ਜਾਣਗੇ ਅੱਜ ਕੱਲ ਆ ਜਾਣਗੇ ਪਰ ਉਹਦਾ ਕਾਰਨ ਇਹ ਆ ਵੀ ਹੁਣ ਥੋੜੀ ਜਿਹੀ ਨਾ ਠੰਡ ਹੋ ਗਈ ਆ ਸੋ ਉਹਨੇ ਇਹ ਮਤਲਬ ਠੇਕੇਦਾਰ ਨੇ ਕਿਹਾ ਵੀ ਕੇਰਾ ਮੈਂ ਸੜਕ ਚਾਲਦੀ ਕਰ ਦੇਣਾ ਜੀ ਜਿਵੇਂ ਹੁਣ ਮਟੀਰੀਅਲ ਪਾਇਆ ਸਾਰਾ ਤਾਂ ਉਹ ਠੰਡ ਦੇ ਕਾਰਨ ਨਾ ਉਹ ਫੇਰ ਉਵੇਂ ਹੀ ਹੋ ਜਾਊਗਾ ਫੇਰ ਲੋਕ ਕਹਿਣਗੇ ਵੀ ਮਾੜੀ ਬਣਾਤੀ ਚੀਜ਼ ਸੋ ਕੇਰਾ ਜਿਹੜੇ ਟੋਏ ਆ ਜਾਂ ਕਿਤੇ ਪੈਚ ਵਰਕ ਕੇਰਾ ਕਰ ਦਿੰਦੇ ਆ ਵੀ ਸੜਕ ਪੂਰੀ ਵਧੀਆ ਤਰੀਕੇ ਨਾਲ ਚੱਲਦੀ ਕਰ ਦਿੰਦੇ ਆ ਤਾਂ ਕਿ ਕੋਈ ਦਰਘਟਨਾ ਨਾ ਹੋਵੇ ਤੇ ਉਸ ਤੋਂ ਮਗਰੋਂ ਆ ਦੋ ਕੁ ਮਹੀਨੇ ਬਾਅਦ ਜਿਹੜਾ ਬਾਕੀ ਰਹਿਦਾ ਪ੍ਰੋਸੀਜਰ ਉਹ ਪੂਰਾ ਕਰ ਦੇਣਗੇ ਹੁਣ ਮੈਨੂੰ ਲੱਗਦਾ ਮੰਗਲਵਾਰ ਨੂੰ ਆ ਜਿਹੜਾ ਆਪਣੇ ਚੌਂਕ ਹੈਗਾ ਕੋਟਕਪੂਰਾ ਚੌਂਕ ਤੇ ਜਾਂ ਜਿਹੜਾ ਬਾਜਾਖਾਨਾ ਵਿੱਚ ਹੈ ਨਹੀਂਗਾ ਪਰ ਉਹ ਕਹਿੰਦੇ ਮੈਂ ਉਹ ਵੀ ਭਰ ਦੂੰਗਾ ਮਤਲਬ ਉਹ ਸਾਰਾ ਕੇਰਾ ਚੱਲਦਾ ਕਰ ਦੇਣਗੇ ਵਧੀਆ ਬਣਾ ਦੇਣਗੇ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਪਰ ਮਤਲਬ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਸਿਆਲ ਆ ਗਿਆ ਮਤਲਬ ਲੋਕਾਂ ਲੋਕ ਇਸੇ ਤਰੀਕੇ ਨਾਲ ਹੁਣ ਚੌਥੇ ਮਹੀਨੇ ਤੱਕ ਸਾਲ ਸਿਆਲ ਰਹੂਗਾ ਕਿ ਆਗਸਟ ਆਪਣਾ ਅਪ੍ਰੈਲ ਦੇ ਵਿੱਚ ਜਾ ਕੇ ਲੋਕਾਂ ਦੁਆਰਾ ਪੈਣੀ ਸ਼ੁਰੂ ਹੋ ਗਈ ਜੇ ਉਹ ਚਾਰ ਮਹੀਨੇ ਫਿਰ ਲੋਕੋ ਸਿਰ ਤੇ ਪਰੇਸ਼ਾਨੀ ਨਾਲ ਹੀ ਇੱਕ ਹੋਰ ਦੱਸ ਦਈਏ ਕਿ ਠੇਕੇਦਾਰ ਨੂੰ ਪੈਸਾ ਕਿਉਂ ਨਹੀਂ ਪਾਰੀ ਸਰਕਾਰ ਨੂੰ ਐਕਚੁਅਲ ਜਨਾ ਪਹਿਲਾਂ ਇੱਥੇ ਥੋੜੀ ਜੀ ਕਨਫਿਊਜ਼ਨ ਸੀਗੀ ਠੇਕੇਦਾਰ ਨੂੰ ਵੀ ਆਪਦੀ ਤੇ ਜਿਹੜੇ ਜੇਈ ਸੀਗੇ ਉਹਨਾਂ ਨੂੰ ਵੀ ਕੋਈ ਆਪਦੀ ਟੈਕਨੀਕਲ ਰੀਜ਼ਨ ਕਰਕੇ ਉਹ ਕੋਈ ਬਿੱਲਾਂ ਦੇ ਵਿੱਚ ਪ੍ਰੋਬਲਮ ਸੀ ਉਹਨਾਂ ਦੀ ਉਹਨੂੰ ਸੌਟ ਆਊਟ ਕਰਦੇ ਕਰਦੇ ਥੋੜਾ ਜਿਹਾ ਟਾਈਮ ਲੱਗ ਗਿਆ ਵੈਸੇ ਉਹ ਤਾਂ ਚਲੋ ਸੌਟ ਆਊਟ ਹੋ ਗਿਆ ਜੀ ਦੂਜੀ ਗੱਲ ਇਹ ਹੈ ਵੀ ਵੇਖੋ ਮੈਨੂੰ ਲੱਗਦਾ ਜਿਆਦਾ ਨਹੀਂ ਤਾਂ 7-8 ਸਾਲ ਤੋਂ ਪਿਛਲੇ ਸੜਕ ਨਹੀਂ ਬਣੀਏ ਹੁਣ ਬਣਨ ਲੱਗੀ ਆ ਤੇ ਜੇ 2 ਮਹੀਨੇ ਲੇਟ ਬਣ ਜੂਗੀ ਮੈਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਜਦੋਂ ਇੰਨਾ ਟਾਈਮ ਆ ਪਾ ਡੀਕਿਆ ਹੁਣ ਬਣਨ ਲੱਗੀ ਤਾਂ ਉਹ ਬਣੂਗੀ ਸਹੀ ਪੂਰੀ ਸੋ ਉਹਦੇ ਤੇ ਮਤਲਬ ਇਹ ਤਾਂ ਹੈ ਨਹੀਂਗਾ ਵੀ ਉਹ ਜਿਹੜਾ ਪੈਸਾ ਆ ਉਹ ਮੁੜ ਜੂਗਾ ਜਾਂ ਸੜਕ ਵਿੱਚੇ ਰੁਕ ਜੂਗੀ ਜਿਹਨੇ ਟੈਂਡਰ ਲਿਆ ਉਹਨੂੰ ਬਣਾਉਣੀ ਵੀ ਪੈਣੀ ਆ ਕਿਉਂਕਿ ਉਹਦਾ ਉਹਦੀ ਉਹ ਪੜੀ ਹੁੰਦੀ ਆ ਸਿਕਿਉਰਿਟੀ ਉਹ ਸਰਕਾਰ ਕੋਲੇ ਉਹ ਮਰ ਜੂਗੀ ਸੋ ਇਹ ਨਹੀਂ ਹੋਊਗਾ ਵੀ ਕੋਈ ਛੱਡ ਕੇ ਭੱਜ ਜੂਗਾ ਸੜਕ ਬਣਨੀ ਆ ਤੇ ਉਹ ਬਣ ਕੇ ਹੀ ਰਹੂਗੀ ਭਾਵੇਂ 2 ਮਹੀਨੇ ਲੇਟ ਬਣ ਜੇ ਇੱਕ ਇਹ ਵੀ ਹੈ ਵੀ ਇਹ ਸੜਕ ਪਹਿਲਾਂ ਪਹਿਲਾਂ ਪਿਛਲੀ ਸਰਕਾਰ ਵਾਲੇ ਜਿਹੜੇ ਇੱਥੇ ਨੁਮਾਇੰਦੇ ਸੀ ਉਹਨਾਂ ਤੇ ਵੀ ਇਲਜ਼ਾਮ ਲੱਗਦਾ ਸੀ ਉਹ ਲੋਕਾਂ ਚੋਂ ਤੁਹਾਡੇ ਤੇ ਵੀ ਚਰਚਾ ਬਣ ਗਈ ਵੀ ਟੋਲ ਪਲਾਜ਼ੇ ਵਾਲੇ ਜਿਹੜੇ ਉਹ ਪੈਸੇ ਦਿੰਦੇ ਆਗੇ ਮੌਜੂਦਾ ਲੀਡਰਾਂ ਨੂੰ ਤੇ ਇਹ ਤਾਂ ਕਰਕੇ ਸੜਕਾਂ ਨਹੀਂ ਬਣਾਉਂਦੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਥੋੜੇ 2 ਮਹੀਨੇ ਬਾਅਦ ਬਣ ਜੂਗੀ ਫੇਰ ਕਿਹੜਾ ਲੋਕਣ ਆਏ ਕਹਿਣ ਲੱਗ ਜਾਣਾ ਵੀ ਟੋਲ ਪਲਾਜ਼ੇ ਵਾਲਿਆਂ ਨੇ ਬੰਦ ਕਰਤੇ ਮੈਨੂੰ ਪੈਸ ਜੀ ਜੀ ਹੁੰਦੀ ਆ ਵੀ ਕੋਈ ਕਹਿੰਦਾ ਜੀ ਆਹ ਨਹੀਂ ਕੀਤਾ ਮੈਂ ਕਹਿੰਦਾ ਨਾ ਚਲ ਜਦੋਂ ਹੋ ਜੂ ਉਦੋਂ ਆਪ ਹੀ ਕਹਿਣੋ ਛੱਡ ਜਾਣਗੇ ਸੋ ਜੇ ਸੜਕ ਬਣ ਗਈ ਉਦੋਂ ਆਪ ਹੀ ਲੋਕ ਛੱਡ ਜਾਣਗੇ ਕਹਿਣੋ ਅੱਛਾ ਇੱਕ ਹੋਰ ਹੈ ਪਿਛਲੇ ਦਿਨੀ ਕਰੈਕਟ ਮੈਚ ਤੁਸੀਂ ਦਿਖਾਇਆ ਲੋਕਾਂ ਨੂੰ ਵੱਡੀ ਸਕਰੀਨ ਤੇ ਤੁਸੀਂ ਆਰਾਮਲਾ ਗਰਾਊਂਡ ਚ ਲੋਕ ਇੱਕ ਸੋਸ਼ਲ ਮੀਡੀਆ ਤੇ ਵੀ ਸਵਾਲ ਕਰ ਰਹੇ ਸੀ ਕਿ ਇਸੇ ਤਰੀਕੇ ਨਾਲ ਜੈਤੋ ਸ਼ਹਿਰ ਦੇ ਜਿਹੜੇ ਕੂੜੇ ਦੇ ਡੰਪ ਹੈ ਕੂੜੇ ਦੇ ਢੇਰ ਹੈ ਜੈਤੋ ਸ਼ਹਿਰ ਦਾੜਾ ਵਿਕਾਸ ਨਹੀਂ ਹੋ ਰਿਹਾ ਉਹ ਵੀ ਕਿਸੇ ਦਿਨ ਐਮਐਲਏ ਸਾਹਿਬ ਸਕਰੀਨ ਤੇ ਦਿਖਾਓ ਵੇਖੋ ਇਸੇ ਕਾਰਨਾਂ ਕਰਕੇ ਹੀ ਵਿਕਾਸ ਦੀ ਮਤਲਬ ਕੀ ਹੁੰਦਾ ਵਿਕਾਸ ਦਾ ਮਤ ਮਤਲਬ ਕੋਈ ਉਪਰਾਲਾ ਨਹੀਂ ਕਰ ਰਹੇ ਵੇਖੋ ਸੀਵਰੇਜ ਦੀ ਗੱਲ ਸੀ ਉਹਦੇ ਵਾਸਤੇ ਵੀ ਅਸੀਂ ਬਜਟ ਪੈਸੇ ਲੈ ਕੇ ਆਉਂਦੇ ਆ ਜੈਤੋ ਚੰਦਪਨ ਰੋਡ ਦੀ ਗੱਲ ਸੀ ਉਹਦੇ ਵਾਸਤੇ ਵੀ ਪੈਸੇ ਲੈ ਕੇ ਆਉਂਦੇ ਆ ਆ ਜਿਹੜੇ ਕੂੜੇ ਡੰਪਾਂ ਦੀ ਗੱਲ ਉਹ ਨਗਰ ਕਾਉਂਸਲ ਤੇ ਡਿਪੈਂਡ ਕਰਦਾ ਸੀਗਾ ਉਹ ਹੁਣ ਅਸੀਂ ਬਦਲਿਆ ਹੌਲੀ ਹੌਲੀ ਉਹਦੇ ਵਾਸਤੇ ਵੀ ਕੋਈ ਨਾ ਕੋਈ ਪ੍ਰਬਾਧਨ ਕੱਢਾਂਗੇ ਵੀ ਜਿਹੜਾ ਕੂੜੇ ਐਕਚੁਅਲ ਚ ਪ੍ਰੋਬਲਮ ਹੈ ਇੱਥੇ ਨਹੀਂ ਅਸੀਂ 2-4 ਵਾਰੀ ਮੈਂ ਆਪ ਜਾ ਕੇ ਸਫਾਈ ਕਰਾ ਕੇ ਆਇਆ ਸੋ ਮੇਰੀ ਤੁਹਾਡੇ ਜਰੀਏ ਲੋਕਾਂ ਨੂੰ ਵੀ ਬੇਨਤੀ ਹੈ ਕੂੜਾ ਇਕੱਠਾ ਕਿਉਂ ਹੁੰਦਾ ਉੱਥੇ ਜੇ ਆਪਾਂ ਸੈੱ ਜਦੋਂ ਮਲਾਜ਼ਮ ਆਉਂਦੇ ਆ ਲੈਣ ਹੋ ਸਕਦਾ ਇੱਕ ਅਦਾ ਦਿਨ ਲੇਟ ਆਵੇ ਜਾਂ ਅੱਗੇ ਪਿੱਛੇ ਤੁਸੀਂ ਉਹਨੂੰ ਕੈਰੀ ਕਰਕੇ ਰੱਖੋ ਉਹਨਾਂ ਨੂੰ ਦੇ ਦਿਓ ਹੋ ਸਕਦਾ ਕਿਸੇ ਦੇ ਘਰ ਤੱਕ ਨਾ ਪਹੁੰਚਦਾ ਹੋਵੇ ਗਲੀ ਪੀੜੀ ਆ ਤੇ ਦੋ ਕਦਮ ਤੱਕੇ ਵੀ ਇਸ ਨਾਲ ਸਿੱਟਣ ਜਾਣੀ ਆ ਤੇ ਉਹ ਭਾਈ ਨੂੰ ਫੜਾ ਦਿਓ ਸੋ ਇਹ ਲੋਕਾਂ ਨੂੰ ਇਹ ਵੀ ਉੱਥੇ ਸੱਟ ਜਾਂਦੇ ਆ ਮਤਲਬ ਗੱਲ ਰੌਲਾ ਤਾਂ ਇਹੀ ਹੈ ਨਾ ਵੀ ਉਹ ਸੱਟ ਕੇ ਤਾਂ ਭਾਈ ਮੈਨੂੰ ਨਹੀਂ ਲੱਗਦਾ ਉੱਥੇ ਸੱਟਦੇ ਆ ਉਹ ਜਿਹੜਾ ਉਧਰ ਡੰਪ ਬਣਿਆ ਮੈਂ ਉਧਰ ਲੈ ਕੇ ਜਾਂਦੇ ਆ ਉਹ ਇਹ ਲੋਕ ਸੱਟਦੇ ਆ ਉਹਨਾਂ ਨੂੰ ਚੱਕਣਾ ਪੈਂਦਾ ਉੱਥੋਂ ਅਖੀਰ ਨੂੰ ਸਫਾਈ ਹੁਣ ਜਿਹੜਾ ਚੱਕਣ ਆਉਂਦਾ ਉਹ ਉੱਥੋਂ ਇਕੱਠਾ ਨਹੀਂ ਕਰਦਾ ਹੱਥ ਨਾਲ ਉਹ ਨਹੀਂ ਇਕੱਠਾ ਕਰਦਾ ਹੁਣ ਤਾਂ ਆਇਆ ਮੇਰੀ ਰੇੜੀ ਚ ਲਫਾਫਾ ਰੱਖ ਦੇ ਮੂੰਹ ਮੈਂ ਲੈ ਜਾਊਗਾ ਸੋ ਇਸ ਕਰਕੇ ਉੱਥੇ ਕਿਤੇ ਨਾ ਕਿਤੇ ਲੋਕਾਂ ਨੂੰ ਸਮਝਣਾ ਪੈਣਾ ਇਹ ਆਪਣੇ ਜਿਹਨੋਂ ਸ਼ਹਿਰ ਚੋਂ ਕੋਈ ਲੰਗਦਾ ਉਹ ਦੇਖਣ ਨੂੰ ਭੈੜਾ ਲੱਗਦਾ ਬਹੁਤ ਬਰੀ ਅਸੀਂ ਸਫਾਈ ਕਰਾਈ ਆ ਸੋ ਹੌਲੀ ਹੌਲੀ ਮੇਰੀ ਕੋਸ਼ਿਸ਼ ਆ ਵੀ ਬਹੁਤ ਜਲਦੀ ਮਤਲਬ ਮੈਂ ਕੁਝ ਗੱਲਾਂ ਤਾਂ ਨਹੀਂ ਕਰਦਾ ਹੁੰਦਾ ਫਿਰ ਜਿਹੜੀ ਕਹਿ ਦਈਏ ਉਹ ਬਾਅਦ ਚ ਆਏ ਹੁੰਦਾ ਕਦੋਂ ਹੋਊਗੀ ਤੇ ਅਸੀਂ ਸੋਚਿਆ ਵੀ ਕੈਮਰੇ ਲਵਾਵਾਂਗੇ ਸਾਰੇ ਸ਼ਹਿਰ ਚ ਉਦੋਂ ਜਿਹੜਾ ਕੋਈ ਕੂੜਾ ਉੱਥੇ ਸੱਟਿਆ ਕਰੂਗਾ ਉਹਦਾ ਚਲਾਨ ਕਰਿਆ ਕਰਾਂਗੇ ਚਲਾਨ ਕਰਿਆ ਕਰਾਂਗੇ ਇੱਕ ਗੱਲ ਹੋਰ ਹੈ ਤੁਸੀਂ ਵਿਧਾਨ ਸਭਾ ਤੇ ਜ ਮੁੱਦਾ ਉਠਾਇਆ ਸੀ ਸੀਵਰੇਜ ਦਾ ਇਹ ਵੀ ਇੱਕ ਗੱਲ ਹੈ ਵੀ ਸਰਕਾਰ ਮੁੱਦੇ ਜਿਸ ਤੁਸੀਂ ਸਰਕਾਰ ਦੇ ਐਮ ਐਲ ਏ ਹੋ ਸਰਕਾਰ ਤੁਹਾਡੀ ਹੈ ਜਿਹੜੀ ਕੋਈ ਕੰਪਨੀ ਕਰਦੀ ਉਹ ਸਿੱਧਾ ਉਹਤੇ ਕਾਰਵਾਈ ਕਰਵਾਓ ਮੁੱਦੇ ਉਠਾਉਣ ਵਾਲੀ ਮਤਲਬ ਮੁੱਦੇ ਵਿਰੋਧੀ ਤਾਂ ਰ ਉਠਾਵੇ ਕਿ ਸਾਡੇ ਇਹ ਸਮੱਸਿਆ ਜੀ ਤੁਸੀਂ ਤਾਂ ਸਿੱਧੀ ਕਾਰਵਾਈ ਕਰਾਓ ਉਹਨਾਂ ਕੰਪਨੀਆਂ 'ਤੇ ਨਹੀਂ ਮੁੱਦਾ ਨਹੀਂ ਉਠਾਇਆ ਸੀ ਮੈਂ ਧਿਆਨ 'ਚ ਦਵਾਇਆ ਸੀ ਉਹਨਾਂ ਦੇ ਧਿਆਨ 'ਚ ਦਵਾਉਣਾ ਵੀ ਜ਼ਰੂਰੀ ਹੁੰਦਾਗਾ ਕੋਸ਼ਿਸ਼ ਕਰਾਂ ਮੈਂ ਕਰ ਵੀ ਦਮ ਬਹੁਤ ਕੰਮ ਮੈਂ ਕਰੀ ਵੀ ਜਨਾ ਤੇ ਪਤਾ ਵੀ ਨਹੀਂ ਲੱਗਦੇ ਤਾਂ ਉਸ ਤਰੀਕੇ ਨਾਲ ਜਿਹੜਾ ਕੰਮ ਅਸੀਂ ਕਰਦੇ ਆਂ ਇਥੋਂ ਲੋਕਾਂ ਤੱਕ ਵੀ ਪਹੁੰਚਣਾ ਚਾਹੀਦਾ ਵਿਧਾਨ ਸਭਾ 'ਚ ਬੋਲਣ ਦਾ ਕਿਤੇ ਨਾ ਕਿਤੇ ਇਹ ਵੀ ਕਾਰਨ ਹੁੰਦਾ ਵੀ ਆਪਾਂ ਆਣੀ ਮਸ਼ਹੂਰੀ ਨਹੀਂ ਪਰ ਲੋਕਾਂ ਨੂੰ ਜੇ ਪਤਾ ਹੀ ਨਹੀਂ ਲੱਗੂਗਾ ਵੀ ਕਿਹਨੇ ਕੀਤਾ ਜਾਂ ਕਿਵੇਂ ਹੋਇਆ ਹੁਣ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਸੀਵਰੇਜ ਬਣਿਆ ਉਦੋਂ ਤੋਂ ਹੁਣ ਚਲ ਅਸੀਂ ਮੈਂ ਤਾਂ ਹੋਣ ਆ ਕੇ ਕਿਹਾ ਸੰਤਾਂ ਡੇਢ ਪੌਣੇ ਦੋ ਸਾਲ ਹੋਇਆ ਇਦੋਂ ਪਹਿਲਾਂ ਤਾਂ ਹਰ ਇੱਕ ਮਹੀਨਾ 4 ਲੱਖ ਰੁਪਈਆ ਜਾਂਦਾ ਉਹ ਮੇਨਟੇਨੈਂਸ 5 ਰੁਪਏ ਦੀ ਨਹੀਂ ਹੋਈ ਹਜੇ ਤਾਈਂ ਹਰ ਇੱਕ ਗਲੀਆਂ ਨਾਲੀਆਂ ਚ ਹੁਣ ੱੱਕੇ ਨਾਲ ਅਸੀਂ ਚੱਲਦੀਆਂ ਕੀਤੀਆਂ ਕਿਤੇ ਹਜੇ ਵੀ ਪ੍ਰੋਬਲਮ ਹੈਗੀ ਆ ਬਹੁਤ ਥਾਵਾਂ ਤੇ ਹਜੇ ਵੀ ਪ੍ਰੋਬਲਮ ਹੈਗੀ ਆ ਸੋ ਉਹ ਜੇ 4 ਲੱਖ ਰੁਪਏ ਲੈਂਦੇ ਆ ਲੈ ਮੈਂ ਕਹਿੰਦਾ ਵੀ ਮੈਨੂੰ 4 ਲੱਖ ਰੁਪਏ ਦੇਣ ਮੈਂ ਕਿਤੇ ਪਾਣੀ ਨਹੀਂ ਘੜਨ ਦਿੰਦਾ ਇਹ ਕੋਈ ਵੱਡਾ ਕੰਮ ਤਾਂ ਹੈ ਨਹੀਂ ਆ ਕੰਪਨੀ 4 ਲੱਖ ਰੁਪਏ ਵੀ ਲਈ ਜਾਂਦੀ ਆ ਤੇ ਕੰਮ ਵੀ ਕੋਈ ਨਹੀਂ ਕਰਦੀ ਉਹਦੇ ਵਾਸਤੇ ਸਖਤ ਐਕਸ਼ਨ ਲੈਣ ਵਾਸਤੇ ਮੈਨੂੰ ਜ਼ਰੂਰਤ ਸੀਗੀ ਇਹ ਗੱਲ ਵੀ ਮੰਤਰੀ ਸਾਹਿਬ ਨੂੰ ਉੱਥੇ ਜਾ ਕੇ ਕਹੀ ਜਾਵੇ ਸੋ ਮੰਤਰੀ ਸਾਹਿਬ ਦੇ ਇਹ ਗੱਲ ਜੇ ਮੈਂ ਉੱਥੇ ਬੋਲਿਆ ਤਾਂ ਧ ਤੇ ਰਹੂਗੀ ਵੀ ਸੋ ਜਲਦੀ ਤੋਂ ਜਲਦੀ ਜਿਹੜੀ ਵੀ ਕੋਈ ਉਹਨਾਂ ਤੇ ਪ੍ਰਕਿਰਿਆ ਹੋਊਗੀ ਉਹਨੂੰ ਪੂਰਾ ਕਰਕੇ ਐਕਸ਼ਨ ਲੈਣਗੇ ਉਹਤੇ ਇੱਕ ਆਖਰੀ ਸਵਾਲ ਆ ਮਤਲਬ ਹੈ ਉਹ ਪਰਸਨਲ ਜ ਹੈ ਮਤਲਬ ਤੁਹਾਡੀਆਂ ਰੀਲਾਂ ਦੀ ਬਹੁਤ ਚਰਚਾ ਮਤਲਬ ਤੁਸੀਂ ਨਗਰ ਕੌਂਸਲ ਚੋਂ ਨਿਕਲਦੇ ਆ ਅਰਜਨ ਵੈਲੀ ਨੇ ਡਕਣ ਗਡਾਸੀ ਮਾਰੀ ਇੱਕ ਤੁਹਾਡਾ ਅਸੀਂ ਰੱਬ ਨੇ ਡਿਊਟੀ ਲਈ ਆ ਧੌਣਾ ਚ ਕਿल्ले ਕੱਢਣ ਦੀ ਇੱਕ ਐਲਾਨ ਆ ਮੇਰਾ ਵੈਰੀਆਂ ਨੂੰ ਜੇ ਮੈਂ ਜਾਉਂਦਾ ਰਿਹਾ ਮੈਂ ਤੁਹਾਨੂੰ ਛੱਡਦਾ ਨਹੀਂ ਹੈ ਜਿਹੇ ਗਾਣੇ ਬੜੇ ਤੁਸੀਂ ਚਰਚਾ ਮੇਰਾ ਜਿਹੜਾ ਪੇਜ ਆ ਉਹ ਟੀਮ ਚਲਾਉਂਦੀ ਆ ਤਾਂ ਮਤਲਬ ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਲੋਟ ਲੱਗਦਾ ਅੱਜ ਦੇ ਸਮੇਂ ਨਾਲ ਸਾਰੇ ਬਣਾਈ ਜਾਂਦੇ ਆ ਉਹ ਵੀ ਬਣਾਈ ਜਾਂਦੇ ਆ ਉਹ ਜਿਵੇਂ ਜਿਵੇਂ ਪਸੰਦ ਆਉਂਦਾ ਲੋਕਾਂ ਨੂੰ ਉਹ ਉਹ ਜਾ ਉਹ ਕਰ ਦਿੰਦੇ ਆ ਮਸੈਂਨਾ ਕੀ ਆ ਕੋਈ ਐ ਖਾਸ ਕਿਸੇ ਨਾਲ ਨਿੱਜੀ ਨਹੀਂ ਵੀ ਕਿਸੇ ਨੂੰ ਕਿਹਾ ਜਾਂਦਾ ਉਹ ਚਲੋ ਵੇਖਣ ਸੌਨ ਨੂੰ ਚੰਗਾ ਲੱਗਦਾ ਬਸ ਉਹ ਵੇ ਕਰੀ ਜਾਂਦੇ ਆ ਚੰਗਾ ਲੱਗਦਾ ਚੰਗਾ ਲੱਗਦਾ ਇਹਦੇ ਚ ਕੀ ਗੱਲ ਆ ਅਰਜਨ ਵੈਲੀ ਆ ਮੋਲਖ ਵੈਲੀ ਅਮੋਲਖ ਵੈਲੀ ਤਾਂ ਨਹੀਂ ਕਿਤੇ ਨਹੀਂ ਅਰਜਨ ਵੈਲੀ ਕੌਣ ਸੀਗਾ ਮਤਲਬ ਵੈਲੀ ਨਹੀਂਗਾ ਹੁੰਦਾ ਉਹ ਭਾਵਨਾ ਹੁੰਦੀ ਹੈ ਹਰ ਇੱਕ ਚੀਜ਼ ਦੀ ਜਿਹੜਾ ਅਰਜਨ ਸੀਗਾ ਉਹ ਸਵਾ 6 ਫੁੱਟ ਦਾ ਨੌਜਵਾਨ ਸੀਗਾ ਦੌਧਰਪਿੰਡ ਮੋਗੇ ਦਾ ਤੇ ਉਹਨੇ ਕੋਈ ਆਏ ਤਾਂ ਨਹੀਂ ਗੈਂਗਸਟਰ ਤਾਂ ਨਹੀਂ ਸੀਗਾ ਉਹ ਉਹ ਲੋਕਾਂ ਦੀ ਮਦਦ ਕਰਨ ਵਾਲਾ ਸੀਗਾ ਜਿਹਨੂੰ ਜਿਹੜਾ ਉਹਨੂੰ ਲੱਗਦਾ ਸੀਗਾ ਵੀ ਕਿਸੇ ਕੰਮ 'ਚ ਫਸਿਆ ਉਹਦੇ ਨਾਲ ਤੁਰ ਪੈਂਦਾ ਸੀ ਉਹ ਸੀਗਾ ਅਰਜਨ ਉਹਦਾ ਨਾਂ ਵੈਲੀ ਪੈ ਗਿਆ ਸੀਗਾ ਸੋ ਗਾਣਾ ਕੋਈ ਕਿਸੇ ਦੀ ਵੀਡੀਓ ਤੇ ਲੱਗਿਆ ਹੋਣ ਨਾਲ ਇਹ ਨਹੀਂ ਹੁੰਦਾ ਕਾ ਵੀ ਉਹ ਗਾਣੇ ਦੇ ਪ੍ਰਤੀ ਮੈਂ ਉਹ ਬੋਲ ਬੋਲ ਰਿਹਾ ਉਹ ਮਤਲਬ ਵੇਖਣ ਨੂੰ ਸੋਹਣਾ ਲੱਗਦਾ ਉਹ ਤਾਂ ਬਣਾ ਦਿੰਦੇ ਆ ਵੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਐਮਐਲਏ ਮੂਲਕ ਸਿੰਘ ਦੇ ਨਾਲ ਹਰ ਇੱਕ ਸਵਾਲ ਕੀਤਾ ਜਿਹੜਾ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਜਾਂ ਜਿਹੜਾ ਸੋਸ਼ਲ ਮੀਡੀਆ ਉੱਤੇ ਲੋਕ ਚਰਚਾ ਕਰ ਰਹੇ ਆ ਉਹਨਾਂ ਨੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਉਮੀਦ ਹੈ ਤੁਹਾਨੂੰ ਇੰਟਰਵਿਊ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਇੰਟਰਵਿਊ ਦੇ ਲਈ ਦੇਖਦੇ ਰਹੋ ਲੋਕ ਵਾਲੀ ਟੀਵੀ